ਦੇਖੋ ਜਦੋਂ ਮੈਂ 1994 'ਚ ਆਇਆ ਸੀ, ਮੇਰੇ ਸਾਹਮਣੇ ਜਿਹੜੇ ਆਮ ਹਰ ਇਮੀਗ੍ਰੈਂਟ ਦੇ ਆ ਜਿਹੜੇ ਚੈਲੇਂਜਸ ਹੁੰਦੇ, ਉਹ ਮੇਰੇ ਵੀ ਚੈਲੇਂਜਸ ਸੀ, ਜਿਵੇਂ ਕਿ ਬੱਚੇ, ਫੈਮਿਲੀ, ਹੋਰ ਪਿੱਛੇ ਵੀ ਦੇਖਣਾ. ਸੋ ਇਸ ਕਰਕੇ ਮੈਂ ਵਕਾਲਤ ਦੇ ਪੇਸ਼ੇ 'ਚ ਨਹੀਂ ਜਾ ਸਕਿਆ. ਅਤੇ ਪ੍ਰੀਮੀਅਰ ਗੋਰਡਨ ਕੈਂਬਲ ਨੇ 2009 ਦੇ ਵਿੱਚ ਮੈਨੂੰ ਇਹ ਮਾਣ ਦਿੱਤਾ ਕਿ ਉਹਨਾਂ ਨੇ ਮੈਨੂੰ ਅਪੁਆਇੰਟ ਕੀਤਾ ਫਰੀਦਕੋਟ ਦੀ ਸੀਟ ਤੋਂ, ਪਰ ਮੈਂ ਅਨਸਕਸੈਸਫੁਲੀ ਉਹ ਰਨ ਕੀਤਾ, ਮੈਂ ਨਹੀਂ ਜਿੱਤ ਸਕਿਆ. ਮੇਰੇ ਮਨ 'ਚ ਆਇਆ ਵੀ ਲੈਟਸ ਡੂ ਦੈਟ ਅਗੇਨ. ਜਿਹੜਾ ਪੁਰਾਣਾ ਸੁਪਨਾ ਹਮੇਸ਼ਾ ਬੰਦੇ ਦੇ ਅੰਦਰ ਚਿੰਗਾਰੀ ਸੀ ਕਿ ਮੈਂ ਵਕੀਲ ਬਣਾ. ਮੈਂ ਜਿਹੜੇ ਸਾਰੇ ਇਗਜ਼ਾਮ ਸੀ ਉਹ ਚੈਲੰਜ ਕੀਤੇ, ਸੋ ਉਹ ਸਾਰੇ ਕਲੀਅਰ ਕਰਕੇ ਮੈਂ ਕੈਨੇਡੀਅਨ ਰੈਜ਼ੀਡੈਂਸੀ ਲਈ, ਅਤੇ ਉਸ ਤੋਂ ਬਾਅਦ ਆਰਟੀਕਲਸ ਸ਼ੁਰੂ ਕੀਤੇ. ਇਹ ਕੰਮ ਬੜਨ ਵਾਲਾ, ਇਹ 'ਚ ਕੋਈ ਸ਼ੱਕ ਨਹੀਂ. ਜਿਹੜੀ ਲੋਅਰਸ ਦੀ ਜਿਹੜੀ ਜ਼ਿੰਦਗੀ ਆ, ਤਕਰੀਬਨ ਮੋਸਟ ਪਾਰਟ ਆਫ ਯੂਰ ਲਾਈਫ ਜਿਹੜੀ ਆ, ਇਹ ਪੜ੍ਹਨ ਨਾਲ, ਕਿਤਾਬਾਂ ਨਾਲ, ਅੱਖਰਾਂ ਨਾਲ ਹੀ ਸੰਬੰਧ ਹੈ, ਸੀ ਅੱਖਰ ਗਿਆਨ ਹੈ. ਅੱਗੇ ਮੈਂ ਗੋਲਫ ਖੇਡਦਾ ਸੀ, ਪਰ ਵਕਾਲਤ ਨੇ ਉਹ ਜਿਹੜੇ ਟਾਈਮ ਮੈਨੂੰ ਬੋਲਿਆ, ਗੋਲਫ ਲਈ ਬਹੁਤ ਟਾਈਮ ਚਾਹੀਦਾ, ਉਹ ਖੇਡੇ ਨਹੀਂ ਜਾਂਦੇ. ਸੋ ਦੈਟਸ ਅਨਦਰ ਚੈਲੰਜ. ਸੋ ਉਹਦੇ ਵਿੱਚ ਤੁਸੀਂ ਸਫਰਿੰਗ ਥੋੜ੍ਹੇ ਬਹੁਤ, ਤੁਹਾਨੂੰ ਕੁਛ ਨਾ ਕੁਛ ਦੇਣਾ ਵੀ, ਛੱਡਣਾ ਵੀ ਪੈਂਦਾ. ਜਿਹੜਾ ਪੜ੍ਹਨਾ ਸ਼ਾਇਦ ਉਹਨਾਂ ਨੂੰ ਔਖਾ ਨਾ ਹੋਵੇ, ਪਰ ਜਿਹੜੇ ਇਮੀਗ੍ਰੈਂਟ ਦੇ ਬੋਲੇ ਜਿਹੜੇ ਸਵਾਲ ਹੁੰਦੇ ਆ ਰੁਜ਼ਗਾਰ ਦੇ, ਬੱਚੇ ਪਲਣ ਦੇ, ਉਹ ਜ਼ਿਆਦਾ ਵੱਡਾ. ਵੇਖ ਰਹੇ ਸਾਰੇ ਦਰਸ਼ਕਾਂ ਦਾ ਫਿਰ ਤੋਂ ਨਿੱਘਾ ਸਵਾਗਤ. ਅਸੀਂ ਤੁਹਾਨੂੰ ਲੈ ਕੇ ਆਏ ਹਾਂ ਜੀ ਪ੍ਰਾਈਮਸ ਲਾ ਕਾਰਪੋਰੇਸ਼ਨ 'ਤੇ, ਔਰ ਮਿਸਟਰ ਜਗਮੋਹਨ ਸਿੰਘ, ਇਹ ਬਰਿਸਟਰ ਅਤੇ ਸੋਲਿਸਟਰ ਨੇ, ਬਹੁਤ ਸਾਰਾ ਕੰਮ ਕਰਦੇ ਨੇ, ਰੀਅਲ ਅਸਟੇਟ ਦੇ ਵਿੱਚ ਵੀ ਬਹੁਤ ਸਾਰਾ ਕੰਮ ਕਰਦੇ ਨੇ. ਆਓ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ. ਮਿਸਟਰ ਸਿੰਘ, ਸਤਿ ਸ਼੍ਰੀ ਅਕਾਲ ਜੀ. ਹਲੋ ਜੀ, ਸਤਿ ਸ਼੍ਰੀ ਅਕਾਲ ਜੀ. ਕੀ ਹਾਲ ਚਾਲ ਜੀ ਤੁਹਾਡਾ? ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ. ਮਿਸਟਰ ਸਿੰਘ, ਅੱਜ ਅਸੀਂ ਤੁਹਾਡੇ ਆਫਿਸ 'ਚ ਆਏ ਹਾਂ ਜੀ, ਯਾਰਕ ਸੈਂਟਰ ਦੇ ਵਿੱਚ. ਬਹੁਤ ਹੀ ਖੂਬਸੂਰਤ ਬਿਲਡਿੰਗ ਹੈ ਔਰ ਬਹੁਤ ਵਧੀਆ ਤੁਸੀਂ ਆਪਣਾ ਇੱਥੇ ਆਫਿਸ ਬਣਾਇਆ ਹੋਇਆ. ਥੈਂਕ ਯੂ. ਵੈਲਕਮ ਜੀ, ਵੈਲਕਮ ਜੀ. ਪਲੀਜ਼. ਥੈਂਕ ਯੂ. ਮਿਸਟਰ ਸਿੰਘ, ਐਕਟਿਵ ਕੈਨੇਡਾ 'ਚ ਆਇਆ ਨੂੰ ਕਿੰਨੀ ਦੇਰ ਹੋ? ਮੈਂ ਜੀ 1994 ਤੋਂ ਰਹਿੰਦਾ ਕੈਨੇਡਾ ਜੀ. 1994 ਤੁਸੀਂ ਇੰਡੀਆ ਤੋਂ, ਪੰਜਾਬ ਤੋਂ ਇੱਥੇ? ਹਾਂਜੀ, 13 ਨਵੰਬਰ 1994 ਨੂੰ ਇੱਥੇ ਲੈਂਡ ਕੀਤਾ ਸੀ ਜੀ ਮੈਂ. ਵਾਓ. ਇੰਡੀਆ 'ਚ ਕੀ ਕਰਦੇ ਸੀ? ਮੈਂ ਇੱਥੇ ਆਉਣ ਤੋਂ ਪਹਿਲਾਂ ਵਕਾਲਤ ਕਰਦਾ ਸੀ ਜੀ. ਉਸ ਵਕਤ ਕੰਮ ਬਹੁਤ ਜ਼ਿਆਦਾ ਹੁੰਦਾ ਕਿ ਅਸੀਂ ਘਰ ਵੀ ਦੇਖਣਾ, ਅਸੀਂ ਬੱਚੇ ਪਾਲਣੇ ਆ, ਇੰਨੀ ਸਾਰੀ ਜੌਬਸ ਕਰਨੀਆਂ ਨੇ, ਸੈਟਲਮੈਂਟ ਕਰਨੀ ਹੈ. ਆਉਂਦੇ ਸਾਰ ਵਕਾਲਤ ਦਾ ਮਾਇੰਡ 'ਚ ਕਿਵੇਂ ਆਇਆ? ਦੇਖੋ ਜਦੋਂ ਮੈਂ 1994 'ਚ ਆਇਆ ਸੀ, ਮੇਰੇ ਸਾਹਮਣੇ ਜਿਹੜੇ ਆਮ ਹਰ ਇਮੀਗ੍ਰੈਂਟ ਦੇ ਆ ਜਿਹੜੇ ਚੈਲੇਂਜਸ ਹੁੰਦੇ, ਉਹ ਮੇਰੇ ਵੀ ਚੈਲੇਂਜਸ ਸੀ, ਜਿਵੇਂ ਕਿ ਬੱਚੇ, ਫੈਮਿਲੀ, ਹੋਰ ਪਿੱਛੇ ਵੀ ਦੇਖਣਾ. ਸੋ ਇਸ ਕਰਕੇ ਮੈਂ ਵਕਾਲਤ ਦੇ ਪੇਸ਼ੇ 'ਚ ਨਹੀਂ ਜਾ ਸਕਿਆ. ਸੋ ਜਿਵੇਂ ਆਮ ਇਮੀਗ੍ਰੈਂਟਸ ਨੂੰ ਜੌਬਸ ਕਰਨੀਆਂ ਪੈਂਦੀਆਂ, ਕੁਛ ਲੇਬਰ ਜੌਬਸ ਕਰਦਾ ਸੀ ਮੈਂ, ਅਤੇ ਉਸ ਤੋਂ ਬਾਅਦ ਫਿਰ ਮੈਂ ਸੇਲਸ ਦੇ ਫੀਲਡ 'ਚ ਚਲਾ ਗਿਆ ਜੀ. ਬਿਲਡਿੰਗ ਮਟੀਰੀਅਲ ਸੇਲਸ ਕਰਨ ਤੋਂ ਬਾਅਦ ਮੈਂ ਰੀਅਲ ਇਸਟੇਟ ਸੇਲਸ 'ਚ ਚਲਾ, ਅਤੇ ਰੀਅਲ ਇਸਟੇਟ ਸੇਲਸ ਦਾ ਜਿਹੜਾ ਮੇਰਾ ਕੰਮ ਸੀ ਉਹ ਕਾਫੀ ਅੱਛਾ ਖਾਸਾ ਚੱਲਿਆ. ਉਹਦੇ ਵਿੱਚ ਮੈਂ ਲੈਂਡ ਡਿਵੈਲਪਮੈਂਟ ਦੇ ਵਿੱਚ ਚਲਾ ਗਿਆ. ਸੋ ਉਹ ਵੀ ਮੇਰਾ ਕੰਮ ਬੜਾ ਅੱਛਾ ਰਿਹਾ. ਸੋ ਇਵੈਂਚੁਅਲੀ ਇੱਕ ਵਾਰੀ ਮੈਂ ਪੋਲੀਟੀਕਲੀ ਵੀ ਇਨਕਲਾਈਨਡ ਹੈ, ਮੈਂ ਕਾਫੀ ਐਕਟਿਵ ਰਿਹਾ, ਅਤੇ ਬੀ ਸੀ ਲਿਬਰਲਸ ਨਾਲ ਮੇਰੀ ਬੜੀ ਐਸੋਸੀਏਸ਼ਨ ਰਹੀ, ਅਤੇ ਪ੍ਰੀਮੀਅਰ ਗੋਰਡਨ ਕੈਂਬਲ ਨੇ 2009 ਦੇ ਵਿੱਚ ਮੈਨੂੰ ਇਹ ਮਾਣ ਦਿੱਤਾ ਕਿ ਉਹਨਾਂ ਨੇ ਮੈਨੂੰ ਅਪੁਆਇੰਟ ਕੀਤਾ ਫਰੀਦਕੋਟ ਦੀ ਸੀਟ ਤੋਂ, ਪਰ ਮੈਂ ਅਨਸਕਸੈਸਫੁਲੀ ਉਹ ਰਨ ਕੀਤਾ, ਮੈਂ ਨਹੀਂ ਜਿੱਤ ਸਕਿਆ. ਸੋ ਕਮਿੰਗ ਬੈਕ, ਇੱਕ ਵਾਰ ਮੈਂ 2012 ਵਿੱਚ ਆ ਰਿਹਾ ਸੀ ਇੰਡੀਆ ਨੂੰ, ਇੰਡੀਆ ਤੋਂ ਚਾਈਨਾ ਰਾਹੀਂ ਇੱਥੇ ਘਰ ਆ ਰਿਹਾ ਸੀ ਵਾਪਸ. ਉਹ ਮੇਰੇ ਮਨ 'ਚ ਆਇਆ ਵੀ ਲੈਟਸ ਡੂ ਦੈਟ ਅਗੇਨ. ਜਿਹੜਾ ਪੁਰਾਣਾ ਸੁਪਨਾ ਹਮੇਸ਼ਾ ਬੰਦੇ ਦੇ ਅੰਦਰ ਚਿੰਗਾਰੀ ਸੀ ਕਿ ਮੈਂ ਵਕੀਲ ਬਣਾ. ਸੋ ਵਕੀਲ ਬਣਨ ਦੀ ਚਿੰਗਾਰੀ, ਹਾਲਾਂਕਿ ਤੁਸੀਂ ਇੰਡੀਆ ਦੇ ਵਿੱਚ ਵਕੀਲ ਸੀ, ਤੁਸੀਂ ਫਿਰ ਵੀ ਉਹ ਚਿੰਗਾਰੀ ਹਲੇ ਹੈਗੀ ਸੀ? ਕਈ ਸਾਲ ਕੈਨੇਡਾ ਦੇ ਵਿੱਚ ਵਕੀਲ ਬਣ, ਕਈ 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 ਸਾਲਾਂ ਤੋਂ ਲੰਘ ਚੁੱਕਿਆ ਸੀ. ਮੈਂ ਦੁਬਾਰੇ ਆਪਣੇ ਜਿਹੜੇ ਡਾਕੂਮੈਂਟ ਸੀ, ਇੱਕ ਇੱਥੇ ਨੈਸ਼ਨਲ ਕਾਉਂਸਲ ਫੋਰ ਐਕਰੀਡੀਟੇਸ਼ਨ ਹੈਗੀ, ਉਹਨਾਂ ਨੂੰ ਭੇਜੇ, ਕਿਉਂਕਿ ਕਾਫੀ ਸਮਾਂ ਹੋ ਚੁੱਕਿਆ ਸੀਗਾ. ਉਹਨਾਂ ਨੇ ਮੈਨੂੰ ਐਗਜ਼ਾਮ ਲਿਖਣ ਲਈ ਅਲਾਉ ਕੀਤਾ ਕੁਛ ਬਹਿਸ ਤੋਂ ਬਾਅਦ. ਮੈਂ ਜਿਹੜੇ ਸਾਰੇ ਇਗਜ਼ਾਮ ਸੀ ਉਹ ਚੈਲੰਜ ਕੀਤੇ, ਸੋ ਉਹ ਸਾਰੇ ਕਲੀਅਰ ਕਰਕੇ ਮੈਂ ਕੈਨੇਡੀਅਨ ਰੈਜ਼ੀਡੈਂਸੀ ਲਈ, ਅਤੇ ਉਸ ਤੋਂ ਬਾਅਦ ਆਰਟੀਕਲਸ ਸ਼ੁਰੂ ਕੀਤੇ, ਆਰਟੀਕਲਸ ਫਿਨਿਸ਼ ਕਰਕੇ ਫਿਰ ਲਾਇਸੈਂਸ ਫਰੀ ਲੋਅਰ ਹੈ. ਵੈਰੀ ਗੁੱਡ. ਬੜੀਆਂ ਸਾਰੀਆਂ ਫਾਈਲਾਂ ਪਈਆਂ ਜੀ ਤੁਹਾਡੇ ਕੋਲੇ, ਬੜੀਆਂ ਸਾਰੀਆਂ ਕਿਤਾਬਾਂ ਪਈਆਂ ਇੱਥੇ, ਅਤੇ ਇਹ ਤਾਂ ਬੜਾ ਪੜ੍ਹਨਾ ਪੈਂਦਾ ਹੁਣ. ਇਹ ਕੰਮ ਬੜਨ ਵਾਲਾ, ਇਹ 'ਚ ਕੋਈ ਸ਼ੱਕ ਨਹੀਂ. ਜਿਹੜੀ ਲੋਅਰਸ ਦੀ ਜਿਹੜੀ ਜ਼ਿੰਦਗੀ ਆ, ਤਕਰੀਬਨ ਮੋਸਟ ਪਾਰਟ ਆਫ ਯੂਰ ਲਾਈਫ ਜਿਹੜੀ ਆ, ਇਹ ਪੜ੍ਹਨ ਨਾਲ, ਕਿਤਾਬਾਂ ਨਾਲ, ਅਤੇ ਅੱਖਰਾਂ ਨਾਲ ਹੀ ਸੰਬੰਧ ਹੈ, ਸੀ ਅੱਖਰ ਗਿਆਨ ਹੈ. ਸਟੱਡੀ ਦੇ ਨਾਲ ਇਹ 'ਚ ਮਲਟੀਪਲ ਟਾਸਕਿੰਗ ਹੈ ਜੀ. ਇਹਦੇ ਵਿੱਚ ਤੁਸੀਂ ਕਲਾਇੰਟਸ ਨੂੰ ਮਿਲਣਾ,
ਉਹਦੀ ਗੱਲਬਾਤ ਸੁਣਨੀ ਅਤੇ ਉਹਨਾਂ ਦੇ ਗੱਲ ਨੂੰ ਤੁਸੀਂ ਆਪਣੇ ਗੱਲ 'ਚ ਢਾਲਣਾ। ਡਰਾਫਟਿੰਗ ਔਫ ਡਾਕੂਮੈਂਟਸ ਹੈ, ਕੋਰਟ ਦਾ ਪ੍ਰੋਸੀਜਰ ਹੈ, ਸੋ ਇਹ 'ਚ ਬਹੁਤ ਮਲਟੀਪਲ ਡਿਊਟੀਜ਼ ਆ। ਪਰ ਜੇ 9 to 5 ਜੋਬ ਨਹੀਂ ਹੈ, ਜੇ ਕੋਈ ਇਹ ਕਹਿੰਦਾ ਵੀ 9 to 5 ਜੋਬ ਆ, ਫਿਰ ਸਮਝੋ ਪਾਰਟ ਟਾਈਮ ਹੀ ਹੈ। ਸੋ ਯੂ ਹੈਵ ਟੂ ਸਪੈਂਡ ਲੌਂਗ ਆਵਰਸ, ਈਵਨ ਵੀਕਐਂਡ ਤੁਹਾਨੂੰ ਲੱਗ ਜਾਂਦੇ ਇਸ ਕੰਮ ਦੇ ਵਿੱਚ ਜੇ ਤੁਸੀਂ ਕਰਨਾ। ਅੱਛਾ, ਲੋਕ ਨਾ ਵਕੀਲ ਤੋਂ ਡਰਦੇ ਬਹੁਤ ਹੈ, ਇਹਦਾ ਕੀ ਕਾਰਨ? ਇਹਦਾ ਆਨਸਰ ਤਾਂ ਲੋਕ ਹੀ ਦੇ ਸਕਦੇ ਹੈ। ਬਿਲਕੁਲ ਸਹੀ ਹੈ, ਵਕੀਲ ਤਾਂ ਉਹਨੇ ਮਦਦ ਵਾਸਤੇ ਨਾਮ ਸੁਣ ਕੇ ਹੀ ਅਧਿਕ ਤਾਂ ਜਿਹੜੇ ਕਹਿ ਦਿੰਦੇ ਆ ਛੱਡੋ ਜੀ ਵਕੀਲ ਦੇ ਕੋਲੇ, ਨਾ 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 ਫਿਰ ਇਹ ਕੋਈ ਖਾਸ ਹੀ ਗੱਲ ਹੋਣੀ ਹੈ ਹਨਾ। ਦੇਖੋ ਸ਼ਾਇਦ ਜਿਹੜੀ ਇੱਕ ਗੱਲ ਮੈਂ ਸਮਝਦਾ ਵੀ ਜਿਹੜੀ ਲੀਗਲ ਕਾਸਟ ਆ ਉਹ ਕਾਫੀ ਜ਼ਿਆਦਾ। ਅੱਛਾ, ਇਹ ਹੋ ਸਕਦਾ ਇੱਕ ਹੀ ਕਾਰਨ ਹੋਵੇ। ਆਮ ਬੰਦਨ ਬੰਦੇ ਦੇ ਸਾਧਨਾਂ ਦੇ ਹਿਸਾਬ ਨਾਲ ਇਹ ਕਾਫੀ ਖਰਚੇ ਵਾਲੀ ਗੱਲ ਹੈ। ਪਹਿਲੀ ਗੱਲ ਲਾਸਟ ਸਾਡੀ ਪ੍ਰੋਹਿਬਿਟ ਕਰਦੀ ਹੈ, ਆਪੋਜ਼ਿਟ ਕਲਾਇੰਟ ਨਾਲ ਅਸੀਂ ਇੰਟਰੈਕਟ ਨਹੀਂ ਕਰ ਸਕਦੇ। ਨੰਬਰ 1 ਸੋ ਹਾਂ, ਜੇ ਕੋਈ ਮਿਲ ਗਿਆ ਹੈਲੋ ਹਾਈ ਤਾਂ ਹੋ ਸਕਦੀ ਹੈ, ਪਰ ਤੁਹਾਡੀ ਜਿਹੜੀ ਕਮਿਊਨੀਕੇਸ਼ਨ ਆ ਦੂਸਰੇ ਵਕੀਲ ਨਾਲ ਨਹੀਂ ਹੋ ਸਕਦੀ। ਜੇ ਦੂਸਰੀ ਪਾਰਟੀ ਅਨਰੈਪ੍ਰਜੈਂਟਡ ਹੈ ਤੇ ਤੁਹਾਨੂੰ ਬੜਾ ਉਹ ਕੋਡ ਆਫ ਕੰਡਕਟ ਉਹਦੇ ਹਿਸਾਬ ਨਾਲ ਤੁਸੀਂ ਗੱਲ ਕਰ ਸਕਦੇ ਹੋ। ਬਿਲਕੁਲ ਠੀਕ ਹੈ, ਬਿਲਕੁਲ ਇਹ ਤਾਂ ਬਹੁਤ ਵਧੀਆ ਗੱਲ ਦੱਸੀ ਜੀ ਐਕਚੁਅਲੀ ਤੁਸੀਂ। ਅੱਛਾ, ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਜਦੋਂ ਬਹੁਤ ਜ਼ਿਆਦਾ ਸਟ੍ਰੈਸ ਤੁਹਾਡੀ ਲਾਈਫ ਦੇ ਵਿੱਚ ਹੋ ਜਾਂਦਾ, ਜਦੋਂ ਇੰਨੇ ਸਾਰੇ ਕੇਸਿਸ ਆਉਣ, ਤੁਹਾਨੂੰ ਇੰਨਾ ਸਾਰਾ ਪੜ੍ਹਨਾ ਪਵੇ, ਤਾਂ ਫਿਰ ਘਰੇ ਬੱਚੇ ਤੇ ਵਾਈਫ ਦੁਖੀ ਨਹੀਂ ਹੁੰਦੇ ਵੀ ਤੁਸੀਂ ਸਾਰਾ ਦਿਨ ਪੜ੍ਹੀ ਹੋ ਜਾਂਦੇ? ਦੇਖੋ ਮੇਰਾ ਬੇਟਾ ਗਰੋਨ ਅਪ ਹੈ। ਅੱਛਾ ਜੀ, ਸੋ ਵੀ ਹੈ ਮੈਚਿਓਰ ਸੀ ਪਰਸਨ ਹੈਗੇ ਆ, ਜਿਹੜੇ ਜਦੋਂ ਬੱਚੇ ਛੋਟੇ ਛੋਟੇ ਹੁੰਦੇ ਥੋੜੀਆਂ ਬਿਮਾਰੀਆਂ ਵੱਧ ਜਾਂਦੀਆਂ, ਉਹਦੇ ਵਿੱਚ ਬੱਚਿਆਂ ਨੂੰ ਸਕੂਲ ਲੈ ਕੇ ਜਾਣਾ ਜਾਂ ਉਹਨਾਂ ਦੀਆਂ ਗੇਮਸ 'ਤੇ ਜਾਣਾ, ਸੋ ਉਹ ਓਬਲੀਗੇਸ਼ਨ ਤੋਂ ਮੈਂ ਮੇਰੀ ਜਿਹੜੀ ਏਜ ਆ ਉੱਪਰ ਆ, ਸੋ ਇਸ ਕਰਕੇ ਥੋੜ੍ਹੀ ਜਿਹੀ ਮੇਰੇ ਕੋਲ ਇਸ ਗੱਲ ਦੀ ਫਲੈਕਸੀਬਿਲਿਟੀ ਹੈ ਕਿ ਜੇ ਮੈਂ ਬਹੁਤ ਜ਼ਿਆਦਾ ਟਾਈਮ ਵੀ ਲਾਵਾਂ ਤਾਂ ਉਹ ਮੈਂ ਲਗਾ ਸਕਦਾ। ਠੀਕ ਹੈ, ਸੋ ਮੇਰੀ ਵਾਈਫ ਬੱਚੇ ਸਮਝਦੇ ਆ ਵੀ ਇਹ ਕੰਮ ਜ਼ਰੂਰੀ ਹੈਗਾ। ਬਿਲਕੁਲ ਸਹੀ ਹੈ। ਅੱਛਾ, ਤੁਹਾਡਾ ਆਫਿਸ ਵੈਸੇ ਬਹੁਤ ਸੋਹਣਾ ਜੀ, ਅਤੇ ਬੋਰਡ ਰੂਮ ਵੀ ਕਾਫੀ ਵੱਡਾ ਬਣਿਆ ਹੋਇਆ। ਥੈਂਕ ਯੂ। ਬਿਲਕੁਲ ਜੀ, ਤੁਸੀਂ ਵੀ ਬੈਠੋ ਪਲੀਜ਼। ਅੱਛਾ, ਹੁਣ ਜਦੋਂ ਬਹੁਤ ਜ਼ਿਆਦਾ ਪੜ੍ਹਨਾ ਪੈਂਦਾ, ਬਹੁਤ ਜ਼ਿਆਦਾ ਸਟ੍ਰੈਸ ਹੋ ਜਾਂਦਾ, ਫਿਰ ਤੁਸੀਂ ਸਟ੍ਰੈਸ ਰਿਲੀਫ ਕਿਵੇਂ ਕਰਦੇ? ਦੇਖੋ, ਸਟ੍ਰੈਸ ਜਿਹੜਾ ਹਰ ਬੰਦੇ ਦਾ ਆਪੋ ਆਪਣਾ ਜ਼ਿੰਦਗੀ ਦਾ ਨਜ਼ਰੀਆ ਹੈ। ਪਹਿਲੀ ਗੱਲ ਤਾਂ ਜਿਹੜਾ ਜਿਮ ਇੱਕ ਚੰਗਾ ਸਾਧਨ ਹੈ, ਜੇ ਕੋਈ ਟਾਈਮ ਲੱਗੇ ਮਰੀਜ਼ਾਂ ਨੂੰ ਲੌਂਗ ਵਾਕ। ਅੱਗੇ ਮੈਂ ਗੋਲਫ ਖੇਡਦਾ ਸੀ ਪਰ ਵਕਾਲਤ ਨੇ ਉਹ ਜਿਹੜੇ ਟਾਈਮ ਮੈਨੂੰ ਖੋਲਿਆ, ਗੋਲਫ ਲਈ ਬਹੁਤ ਟਾਈਮ ਚਾਹੀਦਾ, ਉਹ ਖੇਡੇ ਨਹੀਂ ਜਾਂਦੇ। ਸੋ ਦੈਟਸ ਅਨਦਰ ਚੈਲੰਜ। ਸੋ ਉਹਦੇ ਵਿੱਚ ਤੁਸੀਂ ਸਫਰਿੰਗ ਥੋੜ੍ਹੇ ਬਹੁਤ, ਤੁਹਾਨੂੰ ਕੁਛ ਨਾ ਕੁਛ ਦੇਣਾ ਵੀ, ਛੱਡਣਾ ਵੀ ਪੈਂਦਾ। ਸੋ ਬੇਸਿਕਲੀ ਆਈ ਜਸਟ ਗੋ ਫੋਰ ਲੌਂਗ ਵਾਕਸ। ਮਿਸਟਰ ਜਗਮੋਹਨ ਸਿੰਘ, ਬਹੁਤ ਸਾਰੇ ਇੰਡੀਆ ਤੋਂ ਵਕੀਲ ਨੇ, ਬਹੁਤ ਸਾਰੇ ਪ੍ਰੋਫੈਸ਼ਨਲਸ ਨੇ ਜਿਹੜੇ ਇੱਥੇ ਆਉਂਦੇ ਨੇ, ਕਦੇ ਵੀ ਆਪਣਾ ਜਿਹੜਾ ਸੁਪਨਾ ਜਿਹੜੇ ਸਪਾਰਟ ਦੀ ਤੁਸੀਂ ਗੱਲ ਕਰਦੇ ਹੋ ਉਹਨੂੰ ਪਰਸੂ ਨਹੀਂ ਕਰ ਸਕਦੇ, ਕਿਉਂਕਿ ਬਹੁਤ ਸਾਰੇ ਹਾਲਾਤ ਜਿਹੜੇ ਨੇ ਉਹ ਕਈ ਵਾਰੀ ਇਜਾਜ਼ਤ ਨਹੀਂ ਦਿੰਦੇ। ਹੁਣ ਜਿਹੜੇ ਲੋਕਾਂ ਦੇ ਮਾਇੰਡ ਦੇ ਵਿੱਚ ਹੈ ਕਿ ਮੈਂ ਕਦੇ ਵਕੀਲ ਬਣਨਾ, ਮੈਂ ਕਦੇ ਆਪਣੇ ਡਾਕਟਰ ਦੇ ਪ੍ਰੋਫੈਸ਼ਨ ਜਾਣਾ, ਤੁਸੀਂ ਉਹਨਾਂ ਨੂੰ ਦੱਸਣਾ ਚਾਹੋਗੇ ਕਿ ਤੁਸੀਂ ਕਿੰਨੀ ਕੁ ਮਿਹਨਤ ਕੀਤੀ ਅਤੇ ਕਿੰਨਾ ਕੁ ਸਪਾਰਟ ਹੋਣਾ ਚਾਹੀਦਾ ਤਾਂ ਤੁਸੀਂ ਆਪਣੇ ਸੁਪਨੇ ਪੂਰੇ ਕਰ ਸਕਦੇ ਹੋ? ਦੇਖੋ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਜਿਹੜਾ ਪਿਛਲੇ 25 ਸਾਲ ਤੋਂ ਜੋ ਮੈਂ ਦੇਖ ਰਿਹਾ, 2004-5-6 ਤੋਂ ਬਾਅਦ ਇਹ ਬੜੀ ਵੱਡੀ ਸਾਰੇ ਮੁਲਕ ਦੇ ਵਿੱਚ ਮੂਵਮੈਂਟ ਸ਼ੁਰੂ ਹੋਈ ਸੀਗੀ ਵੀ ਪ੍ਰੋਫੈਸ਼ਨਲਸ ਨੂੰ ਕਿੱਦਾਂ ਇੰਟੈਗਰੇਟ ਕਰਨਾ। ਉਦੋਂ ਵਾਲਮਾਰਟ ਦੀ ਗਵਰਨਮੈਂਟ ਸੀਗੀ, ਉਸ ਤੋਂ ਬਾਅਦ ਲਗਾਤਾਰ ਪੋਲਿਸੀ ਚੇਂਜ ਹੋ ਗਈ ਹੈ। ਅੱਗੇ ਨਾਲੋਂ ਥੋੜ੍ਹਾ ਸੌਖਾ ਹੋਇਆ ਜੀ, ਸਾਰੇ ਪ੍ਰੋਫੈਸ਼ਨ ਦੀ ਨਹੀਂ ਇੰਨਾ ਸੌਖਾ ਨਹੀਂ ਹੈ, ਪਰ ਥੋੜ੍ਹੀ ਜਿਹੀ ਜਿਹੜੇ ਸਿਸਟਮ ਦੇ ਵਿੱਚ ਸਟ੍ਰੀਮਲਾਈਨ ਉਹਨੇ ਕੀਤਾ, ਟ੍ਰੇਨਿੰਗ ਵਗੈਰਾ ਪ੍ਰੋਵਾਈਡ ਹੁੰਦੀ ਹੈ। ਪਰ ਮੈਂ ਵਕਾਲ ਦੇ ਪ੍ਰੋਫੈਸ਼ਨ ਨਹੀਂ ਦੱਸ ਸਕਦਾ ਵੀ ਘੱਟੋ ਘੱਟ ਦੇ ਮਿਨੀਮਮ ਥ੍ਰੈਸ਼ਹੋਲਡ ਹੈਗਾ ਵੀ ਤੁਹਾਨੂੰ ਜਿਹੜੇ ਉਹ ਇਗਜ਼ਾਮ ਚੈਲੰਜ ਕਰਨ ਨੂੰ ਕਹਿੰਦੇ ਤੁਹਾਨੂੰ ਕਰਨੇ ਪੈਣਗੇ, ਉਸ ਤੋਂ ਬਾਅਦ ਜਿਹੜੀਆਂ ਲਾਸਟ ਸਟੱਡੀ ਦੀ ਟ੍ਰੇਨਿੰਗ ਪੂਰੀ ਕਰਨੀ ਪਊਗੀ। ਸੋ ਮੇਨ ਗੱਲ ਇਹ ਸ਼ਾਇਦ ਉਹਨਾਂ ਔਖਾ ਜਿਹੜਾ ਪੜ੍ਹਨਾ ਸ਼ਾਇਦ ਉਹਨਾਂ ਨੂੰ ਔਖਾ ਨਾ ਹੋਵੇ, ਪਰ ਜਿਹੜਾ ਇਮੀਗ੍ਰੈਂਟ ਦੇ ਮੋਢੇ ਜਿਹੜੇ ਸਵਾਲ ਹੁੰਦੇ ਆ ਰੁਜ਼ਗਾਰ ਦੇ, ਬੱਚੇ ਪਲਣ ਦੇ, ਉਹ ਜ਼ਿਆਦਾ ਵੱਡਾ ਹੈ। ਗੱਲ ਸਹੀ ਹੈ ਤੁਹਾਡੀ, ਵੈਸੇ ਇਹਦੇ 'ਚ ਵੀ ਕੋਈ ਸ਼ੱਕ ਨਹੀਂ। ਅੱਛਾ, ਹੁਣ ਤੁਸੀਂ ਲਾਈਫ ਦੇ ਵਿੱਚ ਸਕਸੈਸਫੁਲ ਹੋ, ਬਹੁਤ ਸਾਰੇ ਲੋਕਾਂ ਦੇ ਲਈ ਰੋਲ ਮਾਡਲ, ਜਿਹੜੀ ਅੱਜ ਨਵੀਂ ਪੀੜ੍ਹੀ ਵੱਡੀ ਹੋ ਰਹੀ ਹੈ, ਉਹਨਾਂ ਵਾਸਤੇ ਕੀ ਮੈਸੇਜ ਹੋਣਾ ਚਾਹੀਦਾ ਤੁਹਾਡੇ ਲਈ? ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਤੁਸੀਂ ਲਾਈਫ ਦੇ ਵਾਸਤੇ? ਮੈਂ ਜੀ ਸਿਰਫ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਆਪਣੇ ਕੰਮ ਦੇ ਪ੍ਰਤੀ ਲਗਨ ਹੈ, ਜਿਹਨੂੰ ਅੰਗਰੇਜ਼ੀ ਕਮਿਟਮੈਂਟ ਕਹਿੰਦੇ ਆ, ਉਹ ਸਭ ਤੋਂ ਜ਼ਰੂਰੀ ਚੀਜ਼ ਹੈ। ਤੁਸੀਂ ਜਿਹੜੇ ਵੱਡੇ ਲੋਕ ਜ਼ਿੰਦਗੀ ਵਿੱਚ ਹੋਏ ਆ ਉਹਨਾਂ ਦੀ ਜ਼ਿੰਦਗੀਆਂ ਪੜ੍ਹੋ, ਜਿਸ ਮਰਜ਼ੀ ਫੀਲਡ ਦੇ ਵਿੱਚ ਕੋਈ ਨਾ ਕੋਈ ਕਾਮਯਾਬ ਲੋਕਾਂ ਦੀਆਂ ਜ਼ਿੰਦਗੀਆਂ ਜਿਹੜੀਆਂ, ਬੜੇ ਮਹਾਨ ਲੋਕ ਲੀਡਰਸ ਹੋਏ ਆ, ਆਪਣੇ ਬਿਜ਼ਨਸ ਦੇ ਵਿੱਚ ਆਪਣੇ ਪੋਲੀਟੀਕਲ ਲੀਡਰਸ ਹੋਏ ਆ, ਸਾਇੰਸ ਦੇ ਲੀਡਰ ਹੋਏ ਆ,
ਉਹ ਸਾਰੀ ਜ਼ਿੰਦਗੀ 'ਚ ਹਰ ਬੰਦੇ 'ਚ ਕੋਈ ਨਾ ਕੋਈ ਗੁਣ ਹੋਏਗਾ, ਪਰ ਇੱਕ ਗੁਣ ਕੌਮਨ ਹੋਏਗਾ, ਹਾਰਡ ਵਰਕ। ਪਰਫੈਕਟ। ਜਿਹੜੀ ਸਖਤ ਮਿਹਨਤ ਅਤੇ ਆਪਣੇ ਕੰਮ ਪ੍ਰਤੀ ਲਗਨ ਜਿਹੜੀ ਹੈ, ਇਹ ਹੀ ਤੁਹਾਨੂੰ ਅੱਗੇ ਲੱਗ ਜਾ ਸਕਦੀ ਹੈ। ਮਿਸਟਰ ਸਿੰਘ, ਹੂ ਇਜ਼ ਯੂ ਯੋਰ ਰੋਲ ਮਾਡਲ? ਤੁਹਾਡਾ ਵੀ ਕੋਈ ਆਪਣਾ ਰੋਲ ਮਾਡਲ ਹੋਏਗਾ, ਕੌਮਨ ਹੈ? ਤੁਸੀਂ ਰੋਲ ਮਾਡਲ ਜ਼ਿੰਦਗੀ ਪੁੱਛਦੇ ਹੋ, ਲੀਗਲ ਪ੍ਰੋਫੈਸ਼ਨ ਚ ਪੁੱਛਦੇ ਹੋ? ਤੁਸੀਂ ਲੀਗਲ ਪ੍ਰੋਫੈਸ਼ਨ ਚ ਵੀ ਦੱਸ ਸਕਦੇ ਹੋ ਤੇ ਜ਼ਿੰਦਗੀ ਚ ਵੀ ਦੱਸ ਸਕਦੇ ਹੋ। ਦੇਖੋ, ਮੈਂ ਕਾਫੀ ਦੇਰ ਪਹਿਲਾਂ ਇਹ ਭੁੱਲ ਭੁਲਾ ਚੁੱਕਿਆ ਸੀਗਾ ਕਿ ਮੈਂ ਦੁਬਾਰਾ ਵਕੀਲ ਬਣਨਾ। 2009 ਤੇ 10 ਦੇ ਵਿੱਚ ਇੱਕ ਮੇਰੇ ਵਕੀਲ ਸਾਹਿਬ ਦੋਸਤ ਬਣੇ, ਜਿਹੜੇ ਕਿ ਦਿੱਲੀ ਤੋਂ ਸੀ, ਉਹਨਾਂ ਦਾ ਨਾਮ ਸੀ ਦੀਪਕ ਗੌਤਮ। ਉਹ ਹਜੇ ਵਕਾਲਤ ਕਰਦੇ ਨਾਲ ਦੇ ਪ੍ਰੋਫੈਸ਼ਨ 'ਚ, ਆਫਿਸ ਪਹਿਲਾਂ ਉਹਨਾਂ ਦਾ ਹੀ ਸੀਗਾ। ਦੀਪਕ ਗੌਤਮ ਨੂੰ ਮਿਲ ਕੇ, ਉਹਨਾਂ ਨੂੰ ਵਕੀਲ ਸੀਗੇ, ਉਹ ਮੇਰੇ ਕਿਸੇ ਕੇਸ ਦੇ ਵਿੱਚ ਵਕੀਲ ਸੀਗੇ, ਉਹ ਮੇਰਾ ਦੋਸਤ ਬਣ ਗਿਆ। ਅਤੇ ਉਹਨਾਂ ਨਾਲ ਮੈਂ ਰੋਜ਼ ਆਪਣੀ ਗੱਲਬਾਤ ਕਰਦੇ ਕਰਾਉਂਦੇ ਹਾਂ, ਅਤੇ ਮੈਂ ਬੜਾ ਮੋਟੀਵੇਟ ਹੋਇਆ ਵੀ ਇਹ ਕਾਫੀ ਕਾਮਯਾਬ ਵਕੀਲ ਸੀ ਉਹਨਾਂ ਦੀ। ਉਹ ਲਿਟੀਗੇਸ਼ਨ ਕਰਦੇ ਸੀ, ਉਹ ICBC ਡਿਫੈਂਸ ਦੇ ਉੱਤੇ ਸੀ, ਸਿਵਲ ਲਿਟੀਗੇਸ਼ਨ ਕਰਦੇ ਸੀ। ਬਹੁਤ ਸਾਰਾ ਇਹ ਪ੍ਰਭਾਵ ਜਾਂਦਾ ਸੀ ਕਿ ਬਹੁਤ ਸਾਰੇ ਜਿਹੜੇ ਵਕੀਲ ਆਪਣੇ ਲਿਟੀਗੇਸ਼ਨ ਨਹੀਂ ਕਰ ਸਕਦੇ, ਅਤੇ ਪਰ ਉਹ ਬੜੀ ਸਕਸੈਸਫੁਲੀ ਲਿਟੀਗੇਟ ਕਰਦਾ ਸੀ। ਉਹਨੂੰ ਦੇਖ ਕੇ ਲੱਗਿਆ ਨਹੀਂ ਐਸੀ ਕੋਈ ਗੱਲ ਨਹੀਂ, ਕਿਉਂਕਿ ਮੇਰਾ ਹਮੇਸ਼ਾ ਤੋਂ ਇਹ ਸੀਗਾ ਵੀ ਜੇ ਵਕਾਲਤ ਕਰੂੰਗਾ ਤਾਂ ਲਿਟੀਗੇਸ਼ਨ ਕਰੂੰਗਾ। ਉਹਦੇ ਵਿੱਚ ਹੀ ਫਿਰ ਮੈਂ ਦੁਬਾਰਾ ਉਹਨਾਂ ਨਾਲ ਸਲਾਹ ਕਰਕੇ ਜਾਂ ਉਹਨਾਂ ਦੀ ਗਾਈਡੈਂਸ ਦੇ ਨਾਲ ਮੈਂ ਸਭ ਕੁਛ ਕੀਤਾ। ਸਟਿਲ ਵੀ ਜਦੋਂ ਗੱਲਬਾਤ ਹੋ ਗਈ, ਉਹਨਾਂ ਤੋਂ ਗਾਈਡੈਂਸ ਲੈਣ ਨਾਲ। That is perfect. And Mr. Singh, thank you so much for your time. I know you are quite busy. And to see enna waqt kadya, thank you so much. Thank you. Yeah. Thank you. Shukriya ji. Thank you. Thank you. ਦੋਸਤੋ, ਹੁਣੇ ਗੱਲਬਾਤ ਕਰਵਾਈ ਅਸੀਂ ਤੁਹਾਡੀ ਮਿਸਟਰ ਜਗਮੋਹਨ ਸਿੰਘ, ਜਿਹੜੇ ਕਿ ਬਰਿਸਟਰ ਸੋਲਿਸਟਰ ਨੇ, ਯਾਰਡ ਸੈਂਟਰ ਦੇ ਵਿੱਚ ਉਹਨਾਂ ਦਾ ਆਪਣਾ ਦਫ਼ਤਰ ਹੈ, ਲਿਟੀਗੇਸ਼ਨ ਕਰਦੇ ਨੇ। ਰੀਅਲ ਇਸਟੇਟ ਦੇ ਵਿੱਚ ਕੋਈ ਵੀ ਲਿਟੀਗੇਸ਼ਨ ਹੋਵੇ, ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ। ਕਾਫੀ ਹਸਬੈਂਡ ਸੈਂਟਰ ਨੂੰ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ, ਸੋ ਤੁਸੀਂ ਵੀ ਮਿਲੋਗੇ, ਤੁਹਾਨੂੰ ਵੀ ਚੰਗਾ ਲੱਗੇਗਾ। ਥੈਂਕ ਯੂ ਸੋ ਮਚ ਫੋਰ ਵਾਚਿੰਗ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।